ਕੇਂਦਰ ਸਰਕਾਰ ਵੱਲੋਂ 1 ਫਰਵਰੀ ਨੂੰ ਜਿਹੜਾ ਬਜਟ ਪੇਸ਼ ਕੀਤਾ ਕਰਨ ਜਾ ਰਿਹਾ ਹੈਗਾ, ਉਹਨਾਂ ਨੂੰ ਲੈ ਕੇ ਜਿਹੜੇ ਆਮ ਲੋਕਾਂ ਦੀ ਕੀ ਉਮੀਦ ਹੈਗੀ, ਉਸ ਬਾਰੇ ਗੱਲਬਾਤ ਕਰਦੇ ਹਾਂ। ਕੀ ਨਾਮ ਵੀਰ ਜੀ ਤੁਹਾਡੇ? ਸਰ ਮੇਰਾ ਨਾਮ ਸੰਜੀਵ ਹੈ ਜੀ। ਸੰਜੀਵ ਜੀ, ਜਿਹੜਾ ਬਜਟ 1 ਤਰੀਕ ਨੂੰ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ, ਤੁਹਾਡੀ ਉਹਦੇ ਵੇਲੇ ਕੀ ਉਮੀਦ ਹੈ ਜੀ? ਸਰ ਕੇਂਦਰ ਸਰਕਾਰ ਦਾ ਬਜਟ ਹਰ ਸਾਲ ਹੀ ਲਾਂਚ ਕਰਦੀ ਹੈ, ਨਾ ਤਾਂ ਛੋਟੇ ਵਪਾਰੀ ਨੂੰ ਪਹਿਲਾਂ ਕੁਛ ਮਿਲਿਆ ਅਤੇ ਨਾ ਸਾਨੂੰ ਉਮੀਦ ਹੈ ਵੀ ਐਤਕੀ ਕੁਛ ਮਿਲੂਗੀ। ਜੇ ਛੋਟੇ ਵਪਾਰੀ ਨੂੰ ਕੁਛ ਨਹੀਂ ਦਿੰਦੇ, ਅਗਰ ਗੌਰਮੈਂਟ ਛੋਟੇ ਵਪਾਰੀ ਦੇ ਉੱਪਰ ਫੋਕਸ ਕਰਦੀ ਹੈ, ਅਗਰ ਗੌਰਮੈਂਟ ਛੋਟੇ ਵਪਾਰੀ ਦੇ ਉੱਪਰ ਫੋਕਸ ਕਰਦੀ ਆ, ਇਹਨਾਂ ਨੂੰ ਕੁਛ ਦੇਣ ਦੀ ਕੋਸ਼ਿਸ਼ ਕਰੇ। ਅੰਸ਼ਮਨ ਯੋਜਨਾ ਦੇ ਉੱਪਰ ਇਹਨਾਂ ਨੇ ਦਿੱਤਾ ਸੀ ਸਾਨੂੰ ਇੱਕ ਕਾਰਡ ਦਿੱਤਾ, ਜਦੋਂ ਕਾਲਜ ਅਤੇ ਹੋਸਪਿਟਲ ਜਾਂਦੇ ਹਾਂ ਉਹ ਕੁਛ ਨਹੀਂ ਚੱਲਦਾ ਉੱਥੇ, ਜਦੋਂ ਜਾਂਦੇ ਹਾਂ ਉਹ ਕਹਿੰਦਾ ਜੀ ਇਹ ਕਾਰਡ ਇੱਥੇ ਪੰਜਾਬ 'ਚ ਨਹੀਂ ਚੱਲਦਾ ਜੀ, ਕਿਤੇ ਹੋਰ ਸਟੇਟ 'ਚ ਜਾਣਾ ਪਊਗਾ। ਸਿਸਟਮ ਇੰਨਾ ਖਰਾਬ ਹੋ ਚੁੱਕਿਆ, ਪਲੱਸ ਟੂ ਕਰਦੇ ਆ ਜਵਾਕ ਬਾਹਰ ਜਾਂਦੇ ਪਏ ਆ। ਸਾਨੂੰ ਤਾਂ ਆਪਣਾ ਅਗਲਾ ਜਿਹੜਾ ਆਉਣ ਵਾਲਾ ਟਾਈਮ ਆ 5-7 ਸਾਲਾਂ ਬਾਅਦ, ਉਹ ਅੰਧਕਾਰ 'ਚ ਨਜ਼ਰ ਆਉਂਦਾ ਪਿਆ। ਰੂਲ ਐਂਡ ਰੈਗੂਲੇਸ਼ਨ ਪੰਜਾਬ 'ਚ ਕੁਛ ਨਹੀਂ ਹੈ, ਐਜੂਕੇਸ਼ਨ ਦਾ ਸਿਸਟਮ ਪੰਜਾਬ 'ਚ ਕੁਛ ਨਹੀਂ ਹੈ, ਮੈਡੀਕਲ ਫੈਸਿਲਿਟੀ ਪੰਜਾਬ 'ਚ ਕੁਛ ਨਹੀਂ ਆ ਰਹੀ ਪਈ, ਸਾਨੂੰ ਤਾਂ ਸਰਵਾਈਵ ਕਰਨਾ ਮੁਸ਼ਕਿਲ ਲੱਗਦਾ ਪਿਆ। ਵੀ ਜੇ ਕੋਈ ਸਿਸਟਮ ਇਹ ਦੇ ਦੇਣ ਆਪਣੇ ਪੰਜਾਬ ਦੇ ਵਿੱਚ, ਕੋਈ ਇੰਡਸਟਰੀ ਲੈ ਕੇ ਆਉਣ, ਤਾਂ ਜੋ ਬੱਚੇ ਬਾਹਰ ਨਾ ਜਾ ਸਕਣ, ਬੱਚੇ ਅਗਰ ਇੰਡੀਆ 'ਚ ਰੋਕ ਲੈਣ, ਨੌਜਵਾਨ ਪੀੜ੍ਹੀ ਅਗਰ ਬਾਹਰ ਚਲੀ ਗਈ ਅਤੇ ਅੱਗੇ ਸਟੇਟ ਨੇ ਕੀ ਕਰਨਾ? ਕੁਛ ਨਹੀਂ ਕਰ ਸਕਣਾ ਹੈਗਾ ਜੀ। ਗੱਲ ਕਰੀਏ ਮਹਿੰਗਾਈ ਦੀ, ਮਹਿੰਗਾਈ ਨੂੰ ਲੈ ਕੇ ਜਿਹੜਾ ਰਸੋਈ ਦਾ ਬਜਟ ਵੀ ਕਾਫੀ ਹਿੱਲ ਜਾਂਦਾ ਹੈਗਾ, ਤੁਸੀਂ ਉਹਦੇ ਵਾਸਤੇ ਕੀ ਦੇਖੋ? ਸਰ ਮਹਿੰਗਾਈ ਤਾਂ ਅਨਕੰਟਰੋਲ ਹੋਈ ਪਈ ਆ, ਅਨਕੰਟਰੋਲ। ਸਾਨੂੰ ਇਹ ਲੱਗਦਾ ਵੀ 1 ਮਹੀਨੇ ਦੇ ਵਿੱਚ, ਖਾਸ ਕਰਕੇ ਛੋਟੇ ਵਪਾਰੀਆਂ ਤਾਂ ਸਰਵਾਈਵ ਕਰਨਾ ਹੀ ਔਖਾ। ਇੰਨੇ ਤਾਂ ਸਰਕਾਰ ਨੇ ਟੈਕਸ ਲਾਏ ਹੋਏ ਆ, ਇਨਕਮ ਟੈਕਸ, GST, ਪ੍ਰੋਪਰਟੀ ਟੈਕਸ, ਹਾਊਸ ਟੈਕਸ, ਇੱਕ ਨਵਾਂ ਟੈਕਸ ਹੋਰ ਲਾਦਾ ਲੋਕਲ ਮਿਊਨਸਪਲ ਕਮੇਟੀ ਨੇ, ਉਹ ਕੀ ਆ? ਦੁਕਾਨ ਦੀ ਲਾਇਸੈਂਸ ਫੀਸ। ਮੈਨੂੰ ਤਾਂ ਇਹ ਸਾਨੂੰ ਲੱਗਦਾ ਵੀ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਣਾ ਹੀ ਹੈ ਟੈਕਸ ਸਰਕਾਰ ਨੂੰ, ਮਿਲਣਾ ਕੁਛ ਨਹੀਂ ਗਾ। ਜੀ, ਜੇਕਰ ਬਜਟ ਦੀ ਗੱਲ ਕੀਤੀ ਜਾਵੇ, ਜਿਵੇਂ ਬਜਟ ਪੇਸ਼ ਹੋਣਾ ਹੈਗਾ, ਤੁਸੀਂ ਕੀ ਚਾਹੁੰਦੇ ਵੀ ਤੁਹਾਡੇ ਵਾਸਤੇ ਕੀ ਆਵੇ ਬਜਟ ਦੇ ਵਿੱਚ? ਸਰ ਇੱਕ ਤਾਂ ਇਹਨਾਂ ਨੂੰ ਇਨਕਮ ਟੈਕਸ ਸਲੈਬ ਵਧਾਉਣੀ ਚਾਹੀਦੀ ਆ। ਸਾਨੂੰ ਇਹ ਲੱਗਦਾ ਵੀ ਇਨਕਮ ਟੈਕਸ ਦੀ ਸਲੈਬ ਹਜੇ ਤੱਕ ਵੀ ਉਹ ਉਵੇਂ ਤੁਰੀ ਜਾਂਦੀ ਪਈ ਆ, ਕੋਈ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ ਪਿਆ। ਜਿਹੜਾ ਉਹ 1.5 ਲੱਖ ਰੁਪਏ ਦਾ ਇਹਨਾਂ ਨੇ ਉਹ ਦਿੱਤਾ ਪਿਆ ਸਾਨੂੰ ਟੈਕਸ ਡਿਬੇਟ ਦਿੱਤੀ ਵੀ ਆ, ਉਹਦੇ ਵਿੱਚ ਵੀ ਸਾਨੂੰ ਸਾਨੂੰ ਵੀ ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਵੀ ਕਿਸੇ ਤਰੀਕੇ ਨਾਲ ਜੇ ਛੋਟਾ ਵਪਾਰੀ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਇਸ ਰਿਬੇਟ ਦੇ ਚੱਕਰ ਦੇ ਵਿੱਚ ਹੀ ਨਾ, ਅਸੀਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਆਉਣ ਵਾਲੇ ਟਾਈਮ ਦੇ ਵਿੱਚ ਬੁਢਾਪੇ ਦੇ ਵਿੱਚ ਸ਼ਾਇਦ ਇਹੀ ਪੈਸਾ ਸਾਡੇ ਕਿਸੇ ਕੰਮ ਆ ਸਕੇ। ਬਿਲਕੁਲ ਜੀ, ਇਹਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਕਿ ਜਿਹੜਾ ਡਿਬੇਟ ਜ਼ਰੂਰ ਮਿਲਣੀ ਚਾਹੀਦੀ ਹੈ, ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ, ਮੈਡੀਕਲ ਧਿਆਨ ਦੇਣਾ ਚਾਹੀਦਾ। ਬਾਕੀ ਹੁਣ ਦੇਖਣਾ ਹੋਵੇਗਾ 1 ਫਰਵਰੀ ਨੂੰ ਜਿਹੜਾ ਬਜਟ ਪੇਸ਼ ਹੋ ਰਿਹਾ, ਆਮ ਲੋਕਾਂ ਵਾਸਤੇ ਬਜਟ ਕਿੰਨਾ ਕੁ ਫਾਇਦੇਮੰਦ ਹੁੰਦਾ। ਗੱਲਬਾਤ ਕਰਦੇ ਹਾਂ ਹੋਰ ਵੀ ਇੱਥੋਂ ਦੇ ਜਿਹੜੇ ਲੋਕਲ ਹੈਗੇ ਆ, ਵਪਾਰੀ ਹੈਗੇ ਆ ਜਾਂ ਮਹਿਲਾਵਾਂ ਹੈਗੀਆਂ, ਵੀ ਰਸੋਈ ਦੇ ਬਜਟ ਨੂੰ ਲੈ ਕੇ ਉਹਨਾਂ ਦੀਆਂ ਕੀ ਉਮੀਦਾਂ ਹੈਗੀਆਂ, ਬਜਟ ਨੂੰ ਲੈ ਕੇ ਵੀ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋ ਸਕਦਾ। 1 ਫਰਵਰੀ ਨੂੰ ਜੋ ਬਜਟ ਪੇਸ਼ ਹੋਣ ਜਾ ਰਿਹਾ ਕੇਂਦਰ ਸਰਕਾਰ ਵੱਲੋਂ, ਉਸ ਨੂੰ ਲੈ ਕੇ ਜਿਹੜਾ ਇਸ ਮਹਿਲਾਵਾਂ ਵਾਸਤੇ ਕੀ ਸਹੂਲਤਾਂ ਹੋਣੀਆਂ ਚਾਹੀਦੀਆਂ, ਉਸ ਪ੍ਰਤੀ ਗੱਲਬਾਤ ਕਰਦੇ ਹਾਂ ਇੱਥੇ ਇੱਕ ਮਹਿਲਾਵਾਂ ਨਾਲ ਵੀ, ਉਹਨਾਂ ਦਾ ਕੀ ਕਹਿਣਾ ਹੈਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਜਟ ਆ ਮਹਿਲਾਵਾਂ ਲਈ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਅਕੋਰਡਿੰਗ ਇਹ ਹੈ ਕਿ ਅਗਰ ਐਜੂਕੇਸ਼ਨ ਸਰਕਾਰ ਇੱਥੇ ਵਧੀਆ ਦੇ ਰਹੀ ਹੈ ਤਾਂ ਬੱਚਿਆਂ ਨੂੰ ਕੈਨੇਡਾ ਜਾਣ ਦੀ ਲੋੜ ਹੀ ਨਾ ਪਵੇ, ਹੈ ਨਾ, ਕਿਉਂਕਿ ਕੈਨੇਡਾ ਦੇ ਹਾਲਾਤ ਇਸ ਟਾਈਮ ਬਹੁਤ ਹੀ ਖਰਾਬ ਨੇ। ਸੋ ਮੇਰੇ ਅਕੋਰਡਿੰਗ ਇਹੀ ਹੈ ਕਿ ਅਗਰ ਸਰਕਾਰ ਇੱਥੇ ਹੀ ਐਜੂਕੇਸ਼ਨ ਅੱਛੀ ਦੇਵੇ ਤਾਂ ਗਰਲਸ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ, ਉਹ ਆਪਣੇ ਘਰਦਿਆਂ ਤੋਂ ਦੂਰ ਰਹਿ ਰਹੇ ਆ, ਹੈ ਨਾ। ਅੱਜ ਕੱਲ੍ਹ ਦੇ ਸਟੂਡੈਂਟ ਜੋ ਵੀ ਹੈਗੇ ਆ, ਜੋ ਇੱਥੇ ਫੈਸਿਲਿਟੀਜ਼ ਅੱਛੀਆਂ ਹੋਣਗੀਆਂ ਤਾਂ ਉਹਨਾਂ ਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਪਊਗੀ। ਸੋ ਮੇਰੇ ਅਕੋਰਡਿੰਗ ਤਾਂ ਇਹੀ ਹੈ ਕਿ ਅਗਰ ਇਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਥੋੜ੍ਹੀ ਸਹੂਲਤ ਜ਼ਿਆਦਾ ਮਿਲ ਸਕੇ ਤਾਂ ਇਹਦੇ ਵਿੱਚ ਕਮੀ ਆ ਜਾਏਗੀ ਕਿ ਬੱਚੇ ਬਾਹਰ ਜਾਣ ਤੋਂ ਰੁਕ ਜਾਣਗੇ। ਬਜਟ ਦੇ ਵਿੱਚ ਜੇ ਸੁਰੱਖਿਆ ਦੀ ਗੱਲ ਕਰੀਏ, ਜੇ ਮਹਿਲਾਵਾਂ ਦੇ ਨਾਲ ਮਿਸਹੈਪਨਿੰਗ ਹੋ ਰਹੀ ਹੈ ਕਾਨੂੰਨ ਵਾਸਤੇ, ਤੁਸੀਂ ਕੀ ਕਹਿਣਾ ਚਾਹੁੰਦੇ, ਕਿਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ? ਮੇਰੇ ਅਕੋਰਡਿੰਗ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਜ਼ਿਆਦਾ ਮਿਲਣੀ ਚਾਹੀਦੀ ਹੈ, ਕਿਉਂਕਿ ਅੱਜ ਕੀ ਹੈ, ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਰੇਪਸ ਹੋ ਰਹੇ ਆ। ਸੋ ਮੇਰੇ ਅਕੋਰਡਿੰਗ ਕਿ ਉਹਨਾਂ 'ਤੇ ਜਿਹੜੀ ਕਿ ਕਾਨੂੰਨ ਹੋਣੇ ਚਾਹੀਦੇ ਕਿ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਅਕੋਰਡਿੰਗ।
ਹੋਰ ਤੁਸੀਂ ਕੀ ਕਹਿੰਦੇ ਹੋ ਬਜਟ ਦੇ ਵਿੱਚ ਜਿਹੜੀ ਮਹਿਲਾਵਾਂ ਹੈਗੀਆਂ ਹੋਰ ਕੀ ਸੁਰੱਖਿਆ ਤੁਸੀਂ ਕਹਿੰਦੇ ਸੁਰੱਖਿਆ ਇੱਕ ਹੋ ਗਈ ਜੀ, ਇੱਕ ਤੁਹਾਡੇ ਵੱਲੋਂ ਹੋ ਗਿਆ ਸਿੱਖਿਆ ਨੂੰ ਲੈ ਕੇ, ਮੈਡੀਕਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਡੀਕਲ ਫੈਸਿਲਿਟੀਜ਼ ਅੱਜ ਦੇ ਟਾਈਮ ਦੇ ਵਿੱਚ ਪਹਿਲੀ ਗੱਲ ਮੈਡੀਸਨ ਜਿਹੜੀਆਂ ਉਹ ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਵਾ, ਠੀਕ ਹੈ? ਮੈਡੀਸਨ ਦੇ ਵਿੱਚ ਫ੍ਰੀ ਮੈਡੀਕਲ ਹਾਂ ਓਪਨ ਹੋਏ ਆ, ਬਟ ਜ਼ਿਆਦਾ ਤੋਂ ਜ਼ਿਆਦਾ ਹਰੇਕ ਪਿੰਡ ਦੇ ਵਿੱਚ ਨਹੀਂ ਹੈਗੇ। ਮੇਰੇ ਅਕੋਰਡਿੰਗ ਹਰੇਕ ਪਿੰਡ ਦੇ ਵਿੱਚ ਇੱਕ ਮੈਡੀਕਲ ਹੋਣਾ ਚਾਹੀਦਾ ਕਿ ਜਿੱਥੇ ਕਿ ਹਰੇਕ ਜਿਹੜਾ ਪਰਸਨ ਉਹ ਇੱਕ ਆਪਣੀ ਈਜ਼ੀ ਤੌਰ 'ਤੇ ਮੈਡੀਸਨ ਲੈ ਸਕੇ, ਨਾ ਕਿ ਇੱਕ ਇੰਗਲਿਸ਼ ਮੈਡੀਸਨ ਲੈਣ ਲਈ ਉਹਨੂੰ ਬਾਹਰ ਜਾ ਕੇ ਜ਼ਿਆਦਾ ਕੋਸਟਲੀ ਮੈਡੀਸਨਸ ਲੈਣ ਪਵੇ। ਬਿਲਕੁਲ ਜੀ, ਇਹਨਾਂ ਵੱਲੋਂ ਕਿਹਾ ਗਿਆ ਜੋ ਇਹਨਾਂ ਦੀ ਸੁਰੱਖਿਆ ਹੈਗੀ ਆ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਾਨੂੰਨ ਜਿਹੜੇ ਸਖਤ ਕੀਤੇ ਜਾਂਦਾ ਜੋ ਇਹਨਾਂ ਨਾਲ ਕੋਈ ਮਿਸਹੈਪਨਿੰਗ ਨਾ ਹੋ ਸਕੇ, ਔਰ ਬੱਚਿਆਂ ਦੀ ਜਿਹੜੀ ਸਿੱਖਿਆ ਵੀ ਇੱਥੇ ਜ਼ਰੂਰੀ ਕੀਤੀ ਜਾਵੇ, ਜਿਹੜੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਵਿਦੇਸ਼ਾਂ ਦੇ ਵਿੱਚ ਉਹ ਨਾ ਜਾ ਸਕਣ। ਹੁਣ ਗੱਲਬਾਤ ਕਰਦੇ ਹਾਂ ਜਿਹੜੇ ਇੱਥੋਂ ਗ੍ਰਹਿਣੀ ਹੈ, ਜਿਹੜੇ ਘਰ ਦਾ ਬਜਟ ਜਿੰਨਾ ਉਹਨਾਂ ਦਾ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਔਰ ਉਹਨਾਂ ਨੂੰ ਕੀ ਉਹਨਾਂ ਦੀ ਡਿਮਾਂਡ ਹੈਗੀ ਆ ਉਸ ਬਾਰੇ ਉਹਨਾਂ ਨਾਲ ਵੀ ਗੱਲਬਾਤ ਕਰਦੇ, ਉਹਨਾਂ ਦਾ ਕੀ ਕਹਿਣਾ? ਪਹਿਲੇ ਸਾਡੇ ਨਾਲ ਬੈਠੇ ਨੇ ਭਵਦੀਪ ਕੋਹਲੀ ਜੀ, ਜੋ ਕਿ ਇੱਕ ਇੰਸਟੀਚਿਊਟ ਚਲਾ ਰਹੇ ਔਰ ਘਰ ਦਾ ਕੰਮ ਵੀ ਕਰਦੇ ਆ, ਘਰੇਲੂ ਜਿਹੜੇ ਇਹਨਾਂ ਦੀ ਰਸੋਈ ਆ ਉਸਨੂੰ ਵੀ ਸੰਭਾਲਦੇ ਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਹੜਾ 1 ਫਰਵਰੀ ਨੂੰ ਜਿਹੜਾ ਹੈਗਾ ਬਜਟ ਪੇਸ਼ ਹੋਣ ਜਾ ਰਿਹਾ, ਤੁਹਾਡੀਆਂ ਕੀ ਉਮੀਦਾਂ? ਦੇਖੋ, ਉਮੀਦ ਤਾਂ ਕਾਫੀ ਜ਼ਿਆਦਾ ਹੈਗੀ ਆ, ਔਰ ਕਿਉਂਕਿ ਇਹ ਚੁਣਾਵੀ ਬਜਟ ਹੈ ਤਾਂ ਇਸ ਲਈ ਸਾਨੂੰ ਲੱਗਦਾ ਕਿ ਬਜਟ ਕਾਫੀ ਚੰਗਾ ਆਏਗਾ। ਅਤੇ ਜਿੱਥੇ ਇੱਕ ਅਸੀਂ ਐਜ਼ ਅ ਵਰਕਿੰਗ ਵੁਮੈਨ ਮੈਂ ਗੱਲ ਕਰਾਂ, ਤਾਂ ਮੈਂ ਚਾਹੂੰਗੀ ਕਿ ਜਿਹੜੇ ਸਾਰੇ ਸੈਕਟਰ ਹੈਗੇ ਆ ਉਹ ਡਿਵੈਲਪ ਹੋਣੇ ਚਾਹੀਦੇ ਆ, ਜਿੱਥੇ ਕਿ ਬਿਜ਼ਨਸ ਜਿਹੜੇ ਛੋਟੇ ਬਿਜ਼ਨਸ ਚਲਾਉਂਦੇ ਆ ਜਾਂ ਸਾਡੇ ਵਰਗੇ ਜਿਹੜੀਆਂ ਮਹਿਲਾਵਾਂ ਆਪਣੇ ਸਮਾਲ ਸਕੇਲ 'ਤੇ ਬਿਜ਼ਨਸ ਚਲਾਉਂਦੀਆਂ ਉਹਨਾਂ ਨੂੰ ਵੀ ਬੜਾਵਾ ਮਿਲੇ, ਕੁਛ ਨਾ ਕੁਛ ਇਨਸੈਂਟਿਵਸ ਜਾਂ ਸਬਸਿਡੀਜ਼ ਉਹਨਾਂ ਨੂੰ ਜ਼ਰੂਰ ਮਿਲਣੀਆਂ ਚਾਹੀਦੀਆਂ, ਅਤੇ ਇੰਡਸਟਰੀਜ਼ ਵੀ ਜਿਹੜੀਆਂ ਉਹ ਡੈਫੀਨੇਟਲੀ ਡਿਵੈਲਪ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਸਾਡਾ ਬੱਚਾ ਬਾਹਰ ਗਿਆ ਹੈ ਬ੍ਰੇਨ ਡਰੇਨ ਗਿਆ ਹੋਇਆ ਹੈ, ਔਰ ਓਪਰਚੁਨਿਟੀਜ਼ ਮਿਲ ਸਕਣ ਸਾਰਿਆਂ ਨੂੰ। ਔਰ ਇੱਕ ਮਹਿਲਾ ਹੋਣ ਦੇ ਨਾਤੇ ਮਿਡਲ ਕਲਾਸ ਜਿਹੜੇ ਸਾਡੇ ਲੇਡੀਜ਼ ਨੂੰ ਆਮ ਤੌਰ 'ਤੇ ਬੇਸ਼ੱਕ ਉਹ ਸਿਲੰਡਰ ਦਾ ਜਿਹੜਾ ਰੇਟ ਹੈ ਉਹ ਵੀ ਬੜਾ ਨੋਮੀਨਲ ਹੋਣਾ ਚਾਹੀਦਾ, ਸਬਜ਼ੀਆਂ ਦੇ ਜਿਹੜੇ ਹੈਗੀਆਂ ਉਹ ਵੀ ਔਰ ਜਾਂ ਦਾਲ ਸਬਜ਼ੀ ਦਾ ਵੀ ਜਿਹੜਾ ਰੇਟ ਹੈ ਕੋਈ ਇੰਨਾ ਜ਼ਿਆਦਾ ਇੰਕਰੀਜ਼ ਨਹੀਂ ਹੋਣਾ ਚਾਹੀਦਾ, ਤਾਂ ਕਿ ਉਹ ਇੰਨਾ ਕੁ ਹੋਣਾ ਚਾਹੀਦਾ ਕਿ ਸਾਰੇ ਲੋਕ ਜਿਹੜੇ ਆ ਅਫੋਰਡ ਕਰ ਸਕਣ। ਤਾਂ ਮੈਨੂੰ ਲੱਗਦਾ ਕਿ ਹਰ ਮਹਿਲਾ ਇਹ ਚਾਹੁੰਦੀ ਹੈ ਵੀ ਉਹਦਾ ਜਿਹੜਾ ਬਜਟ ਹੈ ਉਹ ਰਸੋਈ ਦਾ ਨਾ ਹਿੱਲੇ, ਕਿਉਂਕਿ ਅਗਰ ਰਸੋਈ ਦਾ ਬਜਟ ਹਿੱਲ ਜਾਂਦਾ ਤਾਂ ਫਿਰ ਸਾਰਾ ਜਿਹੜਾ ਬਜਟ ਹੈ ਉਹ ਮੈਨੇਜ ਕਰਨਾ ਜਿਹੜਾ ਐਕਸਪੈਂਸ ਮੁਸ਼ਕਿਲ ਹੋ ਜਾਂਦੇ। ਤਾਂ ਉਮੀਦਾਂ ਕਾਫੀ ਨੇ, ਔਰ ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਇਹਨਾਂ ਮਹਿਲਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦਾ ਬਜਟ ਨਾ ਹਿੱਲੇ ਔਰ ਸਾਰੇ ਸੈਕਟਰਸ ਨੂੰ ਡਿਵੈਲਪ ਕਰੇ। ਵੁਮੈਨ ਸਿਕਿਉਰਿਟੀ ਦੀ ਜਿੱਥੇ ਤੱਕ ਗੱਲ ਹੈ ਉਹਦੇ ਉੱਪਰ ਵੀ ਮੇਰੀ ਆਹੀ ਗੁਜ਼ਾਰਿਸ਼ ਰਹੇਗੀ, ਔਰ ਉਮੀਦ ਹੈ ਕਿ ਉਹਦੀ ਸਿਕਿਉਰ ਵੁਮੈਨ ਸਿਕਿਉਰਿਟੀ ਨੂੰ ਲੈ ਕੇ ਵੀ ਕੁਛ ਚੰਗੇ ਜਿਹੜੇ ਰੂਲਸ ਹੈ ਜਾਂ ਉਹਨੂੰ ਲੈ ਕੇ ਕੁਛ ਐਸਾ ਬਜਟ ਪਾਸ ਹੋਏ ਕਿ ਜਿਹਦੇ 'ਚ ਉਹਨਾਂ ਨੂੰ ਵੀ ਯੂਨੋ ਉਹਨਾਂ ਦੀ ਸੇਫਟੀ ਔਰ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਬਜਟ ਹੈ ਉਹ ਚੰਗਾ ਹੀ ਆਉਣਾ ਚਾਹੀਦਾ। ਬਿਲਕੁਲ ਜੀ, ਇਹਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਘਰੇਲੂ ਜਿਹੜਾ ਹੈਗਾ ਬਜਟ ਆ, ਬਿਲਕੁਲ ਉਹਦੇ ਨਾਲ ਜਿਹੜਾ ਸਭ ਕੁਛ ਹਿੱਲ ਜਾਂਦਾ, ਉਹਦੇ ਵਾਸਤੇ ਜਿਹੜਾ ਮਹਿੰਗਾਈ ਆ ਉਸਨੂੰ ਘਟਾਇਆ ਜਾਵੇ ਅਤੇ ਲੇਡੀਜ਼ ਦੀ ਜੋ ਸਿਕਿਉਰਿਟੀ ਹੈ ਉਸਨੂੰ ਵੀ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇ ਬਜਟ ਦੇ ਵਿੱਚ, ਇਹਨਾਂ ਦੀਆਂ ਉਮੀਦਾਂ ਜਿਹੜੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਜਿਹੜਾ ਪੇਸ਼ ਕੀਤਾ ਜਾਂਦਾ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕਿਸ ਤਰ੍ਹਾਂ ਦਾ ਬਜਟ ਲੈ ਕੇ ਆਉਂਦੀ ਹੈ। ਮੋਗਾ ਤੋਂ ਸੰਜੀਵ ਕੁਮਾਰ ਅਰੋੜਾ, ਦਾ ਫੈਕਟ ਨਿਊਜ਼।